ਅਤੇ ਹਾਂਜੀ ਮਿੱਤਰੋ ਲੈ ਕੇ ਆ ਜਿਹੜਾ 9ਵੀਂ ਜਮਾਤ ਵਾਲਿਆਂ ਦੇ ਲਈ ਪੰਜਾਬੀ ਬੀ ਦਾ ਪੇਪਰ, ਜੋ ਕਿ ਦੋਸਤੋ ਤੁਹਾਡਾ 11 ਮਾਰਚ 2024 ਵਾਲੇ ਦਿਨ ਹੋਣ ਵਾਲਾ ਹੈ। ਫੁੱਲੀ ਸੋਲਡ ਪੇਪਰ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ। ਕੁਐਸਚਨ ਦੇ ਨਾਲ ਨਾਲ ਤੁਹਾਨੂੰ ਆਂਸਰ ਵੀ ਕਰਾਏ ਗਏ ਨੇ। ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ, ਕਿਉਂਕਿ ਦੋਸਤੋ ਹਰ ਇੱਕ ਕੁਐਸਚਨ ਦਾ ਆਂਸਰ ਨਾਲ ਹੀ ਦਿੱਤਾ ਗਿਆ ਹੈ। ਅਤੇ ਚੈਨਲ 'ਤੇ ਨਵਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਇਹੋ ਜਿਹੇ ਪੇਪਰ ਹੋਰ ਵੇਖਣ ਦੇ ਲਈ। ਦੋਸਤੋ 10ਵੀਂ ਜਮਾਤ ਹੈ ਅੱਗੇ, ਤੁਹਾਡੀ ਬੋਰਡ ਦੀ ਕਲਾਸ ਹੈ, ਉਹਨਾਂ ਦੇ ਵੀ ਪੇਪਰ ਆਪਾਂ ਇਸ ਚੈਨਲ 'ਤੇ ਅਪਲੋਡ ਕਰਾਂਗੇ, ਤਾਂ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜਿਸ ਤਰ੍ਹਾਂ ਕਿ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਪ੍ਰਸ਼ਨ ਨੰਬਰ 1 ਜੋ ਸੁੰਦਰ ਲਿਖਾਈ ਦੇ 5 ਅੰਕ, ਠੀਕ ਹੈ ਦੋਸਤੋ। 5 ਅੰਕ ਤੁਹਾਨੂੰ ਸੁੰਦਰ ਲਿਖਾਈ ਦੇ ਮਿਲ ਜਾਣਗੇ। ਅਤੇ ਅੱਗੇ ਆ ਜਾਓ ਪ੍ਰਸ਼ਨ ਨੰਬਰ 2, ਸਾਰੇ ਪ੍ਰਸ਼ਨ ਲਾਜ਼ਮੀ ਹਨ, 10 ਪ੍ਰਸ਼ਨ ਹੋਣਗੇ 1-1 ਅੰਕ ਦੇ। ਜਿਵੇਂ ਦੋਸਤੋ ਭਾਸ਼ਾ ਜਾਂ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਇਹਨਾਂ ਕਿਸਮਾਂ ਦੇ ਨਾਂ ਲਿਖੋ। ਉੱਤਰ ਦੋਸਤੋ ਤੁਹਾਡਾ ਜੋ ਭਾਸ਼ਾ ਜੋ ਬੋਲੀ 2 ਪ੍ਰਕਾਰ ਦੀ ਹੁੰਦੀ ਹੈ, ਆਮ ਬੋਲਚਾਲ ਦੀ ਭਾਸ਼ਾ, ਲਿਖਤੀ ਭਾਸ਼ਾ। ਠੀਕ ਹੈ ਦੋਸਤੋ, ਇਹ ਹੋ ਜਾਓ ਤੁਹਾਡਾ ਪਹਿਲੇ ਕੁਐਸਚਨ ਦਾ ਆਂਸਰ। ਜਿਸ ਤਰ੍ਹਾਂ ਕਿ ਦੋਸਤੋ ਦੂਜਾ ਕੁਐਸਚਨ ਆ ਜਾਓ ਅੱਗੇ, ਉਪ ਬੋਲੀ ਜਾਂ ਭਾਸ਼ਾ ਕੀ ਹੁੰਦੀ ਹੈ। ਕਿਸੇ ਭਾਸ਼ਾ ਖੇਤਰ ਦੀ ਬੋਲੀ ਵਿੱਚ ਇੱਕ ਇਲਾਕਾਈ ਭਿੰਨਤਾ ਨਾਲ ਬੋਲਚਾਲ ਦੀ ਬੋਲੀ ਦੇ ਰੂਪ ਵਿੱਚ ਮਿਲਦੇ ਹਨ। ਬੋਲੀ ਦੇ ਬੋਲ ਚਾਲ ਦੇ ਕਿਸੇ ਰੂਪ ਨੂੰ ਉਪ ਬੋਲੀ ਕਿਹਾ ਜਾਂਦਾ ਹੈ। ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 8 ਪ੍ਰਕਾਰ ਦੇ। ਅਤੇ ਪੰਜਾਬੀ ਭਾਸ਼ਾ ਵਿੱਚ ਲਿਪੀ ਕਿਹੜੀ ਹੈ? ਗੁਰਮੁਖੀ। ਉਪ ਅਗੇਤਰ ਲਾ ਕੇ ਸ਼ਬਦ ਬਣਾਓ, ਉਪਕਾਰ ਅਤੇ ਉਪਮਾ। ਠੀਕ ਹੈ ਦੋਸਤੋ, ਇਹੋ ਜਿਹਾ ਤੁਹਾਡਾ ਉਪਕਾਰ ਉੱਪਰ ਲਗਾ ਕੇ ਅਗੇਤਰ ਲਗਾ ਕੇ ਜਾਣ ਕੇ ਸ਼ਬਦ ਬਣਾਉਣਾ ਹੈ, ਉਪਕਾਰ ਅਤੇ ਉਪਮਾ। ਵਿਆਕਰਨ ਦੇ ਮੁੱਖ ਅੰਗ ਕਿਹੜੇ ਕਿਹੜੇ ਹਨ? ਵਿਆਕਰਨ ਦੇ ਮੁੱਖ ਅੰਗ ਹੇਠ ਲਿਖੇ ਹਨ, ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ, ਅਰਥ ਬੋਧ। ਠੀਕ ਹੈ ਦੋਸਤੋ, ਇਹ 4 ਅੰਸਰ ਹੋ ਜਾਣਗੇ ਤੁਹਾਡੇ। ਅਤੇ ਲਿਪੀ ਕਿਸ ਨੂੰ ਕਿਹਾ ਜਾਂਦਾ ਹੈ? 7ਵਾਂ ਕੁਐਸਚਨ ਹੋ ਜਾਓ ਦੋਸਤੋ ਤੁਹਾਡਾ, ਭਾਸ਼ਾ ਦੀਆਂ ਧੁਨੀਆਂ ਨੂੰ ਲਿਖ ਕੇ ਪ੍ਰਗਟ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ, ਲਿਪੀ ਕਿਹਾ ਜਾਂਦਾ ਹੈ। ਅਤੇ ਦੋਸਤੋ ਅੱਗੇ ਆ ਜੂਗਾ ਵਿਆਕਰਨ। ਵਿਆਕਰਨ ਦੇ ਜਿਸ ਭਾਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ? ਧੁਨੀ ਬੋਧ। ਕਾਰ ਪਿਛੇਤਰ ਵਾਲੇ ਸ਼ਬਦ ਲਿਖੋ, ਸਰਕਾਰ ਅਤੇ ਪ੍ਰਕਾਰ। ਆਸਾਨ ਦਾ ਸਹੀ ਸ਼ਬਦ ਜੋੜ ਬਣਾਉਣਾ ਹੈ। ਇਸਦਾ ਆਂਸਰ ਦੋਸਤੋ ਤੁਸੀਂ ਆਪਣੀ ਨੋਟਬੁੱਕ ਵਿੱਚ ਵੇਖ ਲੈਣਾ। ਅਤੇ ਪ੍ਰਸ਼ਨ ਨੰਬਰ 3 ਆ ਜਾਓ ਦੋਸਤੋ ਅੱਗੇ, ਕਿਸੇ ਇੱਕ ਵਿਸ਼ੇ ਦੇ ਲਗਭਗ 400 ਸ਼ਬਦਾਂ ਵਿੱਚ ਲੇਖ ਲਿਖੋ। ਦੀਵਾਲੀ 'ਤੇ ਲਿਖ ਸਕਦੇ ਹੋ, ਸੰਚਾਰ ਦੇ ਸਾਧਨ, ਸ਼ਹੀਦ ਭਗਤ ਸਿੰਘ, ਵਿਸਾਖੀ। ਠੀਕ ਦੋਸਤੋ, ਸਭ ਤੋਂ ਪਹਿਲਾਂ ਆਪਾਂ 4 ਹੀ ਕਰਾਂਗੇ, ਮਤਲਬ ਪਹਿਲਾਂ ਆਪਾਂ ਕਰ ਲੈਣਾ ਦੀਵਾਲੀ, ਜਿਸ ਤਰ੍ਹਾਂ ਕਿ ਪਹਿਲੇ ਨੰਬਰ 'ਤੇ ਦਿੱਤਾ ਗਿਆ ਹੈ। ਦੀਵਾਲੀ ਆ ਜੀ ਦੋਸਤੋ ਤੁਹਾਡਾ ਜਾਣ ਪਛਾਣ ਪਹਿਲਾ। ਦੀਵਾਲੀ ਸ਼ਬਦ ਦੀਪਾਵਲੀ ਤੋਂ ਬਣਿਆ ਹੈ। ਦੀਪਾਵਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ। ਕੱਤਕ ਦੀ ਮੱਸਿਆ ਦੀ ਘੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ, ਇਸ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ। ਦੁਸਹਿਰੇ ਤੋਂ 20 ਦਿਨ ਪਿੱਛੋਂ ਵੀ ਦੀਵਾਲੀ ਮਨਾਈ ਜਾਂਦੀ ਹੈ। ਤਦ ਤੱਕ ਸਰਦੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਸਾਉਣ ਦੀ ਫਸਲ ਵੀ ਘਰ ਆ ਜਾਂਦੀ ਹੈ, ਇਹ ਸਾਰੇ ਕਿਸਾਨਾਂ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ। ਪਿਛੋਕੜ, ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਸਵਾਗਤ ਵਿੱਚ ਦੀਪਮਾਲਾ ਕੀਤੀ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਇਸੇ ਦਿਨ ਪੁੱਜੇ ਸਨ। ਇਸ ਲਈ ਲੋਕਾਂ ਨੇ ਦੀਪਮਾਲਾ ਕਰਕੇ ਖੁਸ਼ੀ ਮਨਾਈ ਸੀ। ਤਿਉਹਾਰ ਦੀ ਤਿਆਰੀ। ਦੀਵਾਲੀ ਨੂੰ ਮਨਾਉਣ ਦੀ ਤਿਆਰੀ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਲੋਕ ਆਪਣੇ ਘਰਾਂ ਦੀ ਸਫਾਈ ਕਰਕੇ ਉਹਨਾਂ ਨੂੰ ਸਫੈਦੀ ਅਤੇ ਰੰਗ ਰੋਗ ਨਾਲ ਸ਼ਿੰਗਾਰਦੇ ਹਨ। ਪਿੰਡਾਂ ਵਿੱਚ ਕੋਠੀਆਂ ਨੂੰ ਵੀ ਲਿੰਬ ਪੋਚ ਕੇ ਸਜਾਇਆ ਜਾਂਦਾ ਹੈ। ਦੀਵਾਲੀ ਦਾ ਤਿਉਹਾਰ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਦੁਕਾਨਦਾਰ ਇਸ ਦਿਨ ਜਿੱਥੇ ਨਵੇਂ ਮੁਖੀ ਥਾਪੇ ਗਏ ਹਨ, ਉਹਨਾਂ ਇਹ ਆਪਣੀਆਂ ਦੁਕਾਨਾਂ ਨੂੰ ਕਈ ਢੰਗਾਂ ਨਾਲ ਸਜਾਉਂਦੇ ਹਨ। ਬਾਜ਼ਾਰਾਂ ਵਿੱਚ ਦੁਕਾਨਾਂ ਉੱਪਰ ਭਾਂਤ ਭਾਂਤ ਦੇ ਸਮਾਨ ਦੀ ਨੁਮਾਇਸ਼ ਲੱਗੀ ਹੁੰਦੀ ਹੈ।
ਲੋਕ ਇਸ ਦਿਨ ਬਾਜ਼ਾਰਾਂ ਦੇ ਵਿੱਚ ਤੋਹਫ਼ੇ ਅਤੇ ਕੱਪੜੇ ਖਰੀਦਦੇ ਹਨ। ਬਾਜ਼ਾਰਾਂ ਦੀ ਰੌਣਕ ਦੀਵਾਲੀ ਮਨਾਉਣ ਲਈ ਮਿਠਾਈਆਂ ਅਤੇ ਆਤਿਸ਼ਬਾਜ਼ੀ ਦਾ ਵਿਸ਼ੇਸ਼ ਯੋਗਦਾਨ ਹੈ। ਹਲਵਾਈ ਭਾਂਤ ਭਾਂਤ ਦੀਆਂ ਮਿਠਾਈਆਂ ਬਣਾ ਕੇ ਕਈ ਦਿਨ ਪਹਿਲਾਂ ਹੀ ਆਪਣੀ ਦੁਕਾਨਾਂ ਨੂੰ ਸਜਾਉਣ ਸ਼ੁਰੂ ਕਰ ਦਿੰਦੇ ਹਨ। ਆਤਿਸ਼ਬਾਜ਼ੀ ਦਾ ਸਮਾਂ ਤਾਂ ਦੁਕਾਨਾਂ ਤੋਂ ਬਿਨਾਂ ਬਾਹਰ ਖੁੱਲ੍ਹੀਆਂ ਸੜਕਾਂ 'ਤੇ ਵੀ ਸਜਾਇਆ ਜਾਂਦਾ ਹੈ। ਦੀਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ, ਪਰ ਇਸ ਦਾ ਚਾਅ ਸਵੇਰੇ ਤੋਂ ਹੀ ਹੁੰਦਾ ਹੈ। ਲੋਕ ਬਾਜ਼ਾਰਾਂ ਵਿੱਚ ਮਿਠਾਈਆਂ, ਆਤਿਸ਼ਬਾਜ਼ੀ ਖਰੀਦਦੇ ਹਨ। ਕਈ ਥਾਵਾਂ 'ਤੇ ਵਿਸ਼ੇਸ਼ ਮੇਲੇ ਵੀ ਲੱਗਦੇ ਹਨ। ਪਟਾਕੇ ਅਤੇ ਰੋਸ਼ਨੀ ਦੀਵਾਲੀ ਵਾਲੇ ਦਿਨ ਸ਼ਾਮ ਤੋਂ ਹੀ ਪਟਾਕਿਆਂ ਦੀ ਠਾਰ ਠੂਹ ਸੁਣਾਈ ਦੇਣ ਲੱਗ ਪੈਂਦੀ ਹੈ। ਲੋਕ ਆਪਣੇ ਘਰਾਂ ਦੇ ਬਨੇਰਾਂ ਅਤੇ ਬੂੜਿਆਂ ਉੱਤੇ ਮੋਮਬੱਤੀਆਂ ਦੇ ਤੇ ਦੀਵੇ ਬਾਲਦੇ ਹਨ। ਕਈ ਲੋਕ ਰੰਗ ਬਿਰੰਗੇ ਬਲਬਾਂ ਦੀ ਲੜੀਆਂ ਚਲਾ ਕੇ ਦੀਵਿਆਂ ਦੀ ਰੋਸ਼ਨੀ ਕਰਦੇ ਹਨ। ਕੁਝ ਲੋਕ ਲਕਸ਼ਮੀ ਦੀ ਵੀ ਪੂਜਾ ਕਰਦੇ ਹਨ। ਅੰਮ੍ਰਿਤਸਰ ਦੀ ਦੀਵਾਲੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਅਤੇ ਇਸ ਦਾ ਸਰੋਵਰ ਵਿੱਚ ਜਗਮਗ ਕਰਦਾ ਅਕਸਰ ਮਨਮੋਹਣਾ ਦ੍ਰਿਸ਼ ਪੇਸ਼ ਕਰਦਾ ਹੈ। ਲੋਕ ਦੂਰ ਦੁਰਾਡੇ ਤੋਂ ਇਸ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਸਾਫ਼ ਸਫਾਈ ਅਤੇ ਰੰਗ ਰੋਗਣ ਦੀਵਾਲੀ ਤੋਂ ਬਾਅਦ ਭਾਰਤ ਵਿੱਚ ਸਰਦੀ ਦੀ ਰੁੱਤ ਆਰੰਭ ਹੋ ਜਾਂਦੀ ਹੈ। ਲੋਕ ਬਾਹਰ ਸੌਣ ਦੀ ਬਜਾਏ ਅੰਦਰ ਸੌਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਘਰਾਂ ਦੀ ਸਫਾਈ ਚੰਗੀ ਤਰ੍ਹਾਂ ਕੀਤੀ ਜਾਵੇ। ਦੀਵਾਲੀ ਮਨਾਉਣ ਦੇ ਬਹਾਨੇ ਘਰਾਂ ਵਿੱਚ ਸਫੈਦੀ ਹੋ ਜਾਂਦੀ ਹੈ, ਜਿਸ ਕਾਰਨ ਕਈ ਤਰ੍ਹਾਂ ਦੇ ਹਾਨੀਕਾਰਕ ਕੀੜਿਆਂ ਦਾ ਖਾਤਮਾ ਹੋ ਜਾਂਦਾ ਹੈ। ਕਹਿੰਦੇ ਹਨ ਕਿ ਦੀਵਾਲੀ 'ਤੇ ਕੀਤੀ ਜਾਂਦੀ ਰੋਸ਼ਨੀ ਨਾਲ ਵੀ ਕਈ ਬਿਮਾਰੀਆਂ ਦੇ ਕੀਟਾਣੂ ਮਰ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਦੀਵਾਲੀ ਦੇ ਮੌਕੇ 'ਤੇ ਚਲਾਏ ਜਾਂਦੇ ਪਟਾਕੇ ਦੀ ਆਵਾਜ਼ ਨਾਲ ਸੱਪ ਵਰਗਾ ਜੀਵ ਡਰ ਕੇ ਬਹੁਤ ਦੂਰ ਚਲੇ ਜਾਂਦੇ ਹਨ। ਕਈ ਬੁਰੇ ਪ੍ਰਭਾਵ ਦੀਵਾਲੀ ਨੂੰ ਕਈ ਲੋਕ ਠੀਕ ਢੰਗ ਨਾਲ ਨਹੀਂ ਮਨਾਉਂਦੇ। ਉਹ ਇਸ ਦਿਨ ਸ਼ਰਾਬ ਪੀਂਦੇ ਹਨ ਅਤੇ ਜੂਏ ਵਰਗੀਆਂ ਭੈੜੀਆਂ ਖੇਡਾਂ ਖੇਡਦੇ ਹਨ। ਕਈ ਵਾਰ ਲੜਾਈ ਝਗੜੇ ਹੋ ਜਾਂਦੇ ਹਨ, ਜਿਸ ਕਾਰਨ ਦੀਵਾਲੀ ਦੀ ਖੁਸ਼ੀ ਗਮੀ ਵਿੱਚ ਬਦਲ ਜਾਂਦੀ ਹੈ। ਬੇਪਰਵਾਹੀ ਨਾਲ ਚਲਾਈ ਅਤੇ ਸਵਾਜੀ ਕਾਰਨ ਕਈ ਵਾਰ ਅੱਗ ਲੱਗ ਜਾਂਦੀ ਹੈ। ਕਈ ਵਾਰ ਕਿਸੇ ਦਾ ਹੱਥ ਮੂੰਹ ਵੀ ਸੜ ਜਾਂਦਾ ਹੈ। ਕਈ ਲੋਕ ਆਪਸ ਵਿੱਚ ਵਾਜੀ ਆਪ ਬੇਫਜ਼ੂਲ ਪੈਸੇ ਖਰਚ ਕਰਦੇ ਹਨ। ਚੰਗਾ ਸੁਨੇਹਾ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਵਧਾਉਣ ਵਿੱਚ ਬੜਾ ਸਹਾਇਕ ਹੋ ਸਕਦਾ ਹੈ। ਇਸ ਦਿਨ ਆਪਸੀ ਵਿਤਕਰਿਆਂ ਭੁੱਲ ਕੇ ਹਰ ਇੱਕ ਨਾਲ ਮੇਲ ਮਿਲਾਪ ਕਰਨਾ ਚਾਹੀਦਾ ਹੈ। ਆਤਿਸ਼ਬਾਜ਼ੀ ਅਤੇ ਮਿਠਾਈਆਂ ਉੱਪਰ ਫਜ਼ੂਲ ਪੈਸਾ ਖਰਚ ਕਰਨ ਦੀ ਬਜਾਏ ਅਜਿਹੇ ਮਨੋਰਥਾਂ ਲਈ ਖਰਚ ਕਰਨੇ ਚਾਹੀਦੇ ਹਨ, ਜਿਸ ਨਾਲ ਉਹ ਬਹੁਤੇ ਲੋਕ ਦਾ ਭਲਾ ਹੋਵੇ। ਠੀਕ ਹੈ ਦੋਸਤੋ, ਇਹ ਹੋ ਗਿਆ ਤੁਹਾਡਾ ਦੀਵਾਲੀ। ਬਾਕੀ ਦੇ ਤੁਸੀਂ ਆਪਣੀ ਨੋਟਬੁੱਕ ਵਿੱਚ ਕਰ ਲੈਣਾ, ਯਾਨੀ ਕਿ ਸੰਚਾਰ ਦੇ ਸਾਧਨ ਸ਼ਹੀਦ ਭਗਤ ਸਿੰਘ ਅਤੇ ਵਿਸਾਖੀ। ਇਹਨਾਂ ਵਿੱਚੋਂ ਦੋਸਤੋ ਚਾਰਾਂ ਵਿੱਚੋਂ ਤੁਸੀਂ ਇੱਕ ਕਰ ਸਕਦੇ ਹੋ ਕੋਈ ਵੀ। ਦੀਵਾਲੀ ਤੁਹਾਨੂੰ ਕਰਾ ਦਿੱਤਾ ਹੈ ਅਤੇ ਅੱਗੇ ਦੋਸਤੋ ਤੁਹਾਡਾ ਜੇ ਪ੍ਰਸ਼ਨ ਨੰਬਰ 4, ਵਿਆਹ ਵਿੱਚ ਨਾ ਸ਼ਾਮਲ ਹੋਣ ਸੰਬੰਧੀ ਪੱਤਰ, ਜਾਂ ਫਿਰ ਦੋਸਤੋ ਤੁਸੀਂ ਕਰ ਸਕਦੇ ਹੋ ਸਾਈਕਲ ਜਾਂ ਸਕੂਟਰ ਜਾਂ ਮੋਟਰਸਾਈਕਲ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਪੱਤਰ ਲਿਖੋ। ਸਭ ਤੋਂ ਪਹਿਲਾਂ ਦੋਸਤੋ ਆਪਾਂ ਕਰ ਲੈਣਾ ਵਿਆਹ ਵਿੱਚ ਨਾ ਸ਼ਾਮਲ ਹੋਣ ਸੰਬੰਧੀ ਪੱਤਰ। ਪ੍ਰੀਖਿਆ ਭਵਨ, ਤੁਹਾਡੇ ਸਕੂਲ ਦਾ ਨਾਮ ਅਤੇ ਮਿਤੀ। ਪਿਆਰੇ ਰਮਨਪ੍ਰੀਤ, ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਭੈਣ ਦੀ ਸ਼ਾਦੀ ਉੱਤੇ ਪਹੁੰਚ ਰਿਹਾ ਸੀ। ਅਚਾਨਕ ਅਜਿਹਾ ਹੋਇਆ ਕਿ ਮੈਂ ਪਹੁੰਚ ਨਾ ਸਕਿਆ, ਜਿਸ ਲਈ ਮੈਂ ਆਪ ਜੀ ਤੋਂ ਮਾਫ਼ੀ ਮੰਗਦਾ ਹਾਂ। ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਉਹਨਾਂ ਦੇ ਪਿਤਾ ਜੀ ਸਖ਼ਤ ਬਿਮਾਰ ਹਨ ਅਤੇ ਉਹਨਾਂ ਦੀ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣ ਦੀ ਜ਼ਰੂਰਤ ਹੈ। ਮੈਨੂੰ ਪਤਾ ਹੈ ਕਿ ਉਹਨਾਂ ਦੀ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹਨ, ਇਸ ਲਈ ਉਹ ਜਲਦੀ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ ਸੀ। ਮੈਂ ਆਪਣੇ ਪਿਤਾ ਜੀ ਨੂੰ ਲੋੜ ਅਨੁਸਾਰ ਪੈਸੇ ਲੈ ਕੇ ਜਲਦੀ ਉਹਨਾਂ ਤੋਂ ਕੋਲ ਪਹੁੰਚ ਗਿਆ। ਨੇੜੇ ਜਾਣ ਤੋਂ ਪਹਿਲਾਂ ਉਹ ਹਸਪਤਾਲ ਪਹੁੰਚ ਚੁੱਕੇ ਸਨ। ਮੈਨੂੰ ਪਹੁੰਚ ਕੇ ਪਤਾ ਲੱਗਾ ਕਿ ਉਹਨਾਂ ਨੂੰ ਦਿਲ ਦੀ ਤਕਲੀਫ ਹੈ ਅਤੇ ਡਾਕਟਰਾਂ ਨੇ ਆਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਹੈ। ਉਹਨਾਂ
ਉਹਨਾਂ ਦਾ ਆਪਰੇਸ਼ਨ ਹੋਇਆ ਹੈ ਅਤੇ ਪਰਮਾਤਮਾ ਦੀ ਮਿਹਰ ਨਾਲ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਇਸ ਸਮੇਂ ਤੁਹਾਡੇ ਘਰ ਵਿੱਚ ਸ਼ਾਦੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਅਤੇ ਮੇਰੀ ਚਿੱਠੀ ਮਿਲਣ 'ਤੇ ਤੱਕ ਭੈਣ ਜੀ ਦਾ ਆਪਣੇ ਸਹੁਰੇ ਘਰ ਜਾ ਚੁੱਕੀ ਹੋਵੇਗੀ। ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਮੇਰੀ ਇਹ ਦਿਲ ਇੱਛਾ ਸੀ ਕਿ ਮੈਂ ਇਸ ਖੁਸ਼ੀ ਭਰੇ ਮੌਕੇ ਤੁਹਾਡੇ ਵਿਚਕਾਰ ਹੁੰਦਾ, ਪਰੰਤੂ ਅਚਾਨਕ ਪੈਦਾ ਹੋਇਆ ਲਾਤਾਂ ਕਾਰਨ ਤੁਹਾਡੇ ਘਰ ਆਉਣ ਦਾ ਪ੍ਰੋਗਰਾਮ ਛੱਡਣਾ ਪਿਆ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਮਜਬੂਰੀ ਨੂੰ ਸਮਝ ਕੇ ਮੈਨੂੰ ਛਾਤੀ ਉੱਤੇ ਨਾ ਪਹੁੰਚਣ ਸਕਣ ਕਿ ਮਾਫ਼ੀ ਮੰਗ ਕਰ ਦੇਵੋਗੀ। ਮੈਂ ਪਰਮਾਤਮਾ ਅੱਗੇ ਭੈਣ ਜੀ ਦੀ ਸ਼ਾਦੀ ਅਤੇ ਕਾਰਜ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਅਤੇ ਅੱਗੇ ਦੇ ਜੀਵਨ ਵਿੱਚ ਉਹਨਾਂ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਕਾਮਨਾ ਕਰਦਾ ਹਾਂ। ਸਾਡੇ ਸਾਰੇ ਪਰਿਵਾਰ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਸ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ। ਆਪਦਾ ਮਿੱਤਰ ਤੁਹਾਡਾ ਨਾਮ, ਠੀਕ ਹੈ ਦੋਸਤੋ, ਅਤੇ ਨਾਮ ਅਤੇ ਪਿੰਡ ਡਾਕਖਾਨਾ ਦੱਸੋ ਅਤੇ ਪਿੰਨ ਕਿੱਥੇ ਭੇਜਣੇ ਤੁਸੀਂ ਚਿੱਠੀ, ਇਹ ਦੱਸਣਾ ਹੈ। ਤੋ ਦੋਸਤੋ ਅੱਗੇ ਆ ਜਾਓ ਪ੍ਰਸ਼ਨ 5, ਪੈਰਾ ਰਚਨਾ ਕੋਈ ਇੱਕ ਕਰੋ, ਸਕੂਲ ਦੀ ਸਫਾਈ ਜਾਂ ਫਿਰ ਵੱਡਾ ਬੱਸ ਅੱਡੇ ਦਾ ਦ੍ਰਿਸ਼। ਪੈਰਾ ਕਰਨਾ ਦੋਸਤੋ, ਸਕੂਲ ਦੀ ਸਫਾਈ ਇਹ ਆ ਜੂਗਾ ਤੁਹਾਡਾ ਉੱਤੇ। ਦੋਸਤੋ ਤੁਹਾਡਾ ਆ ਜਾਓ, ਘਰ ਵਾਂਗ ਸਕੂਲ ਵਿੱਚ ਸਫਾਈ ਦੀ ਬੜੀ ਜ਼ਰੂਰਤ ਹੈ। ਸਕੂਲ ਵਿੱਚ ਕੂੜਾ ਕਰਕਟ ਵਧੇਰੇ ਕਰਕੇ ਪੱਟ ਹੋਏ ਕਾਗਜ਼ ਆਦਿ ਦਾ ਕੀ ਹੁੰਦਾ ਹੈ, ਇਸ ਲਈ ਹਰ ਰੋਜ਼ ਵਿਦਿਆਰਥੀ ਅਜਿਹਾ ਕੂੜਾ ਕਰਕਟ ਖਿਲਾਉਣ ਤੋਂ ਸੰਕੋਚ ਕਰੇ ਤਾਂ ਗੰਦਗੀ ਬਹੁਤ ਘੱਟ ਫੈਲੇਗੀ। ਕੁਝ ਮਿੱਟੀ ਘਟਾ ਤੇਜ਼ ਹਵਾ ਚੱਲਣ ਨਾਲ ਹੁੰਦਾ ਹੈ, ਜਿਸ ਲਈ ਹਰ ਰੋਜ਼ ਸਫਾਈ ਦੀ ਲੋੜ ਹੈ। ਆਪਣੇ ਸਕੂਲਾਂ ਵਿੱਚ ਇੱਕ ਸਫਾਈ ਸੇਵਕ ਹੁੰਦਾ ਹੈ। ਚੰਗੇ ਸਕੂਲਾਂ ਵਿੱਚ ਸਫਾਈ ਦਾ ਬਹੁਤਾ ਕੰਮ ਵਿਦਿਆਰਥੀਆਂ ਕੋਲ ਹੀ ਕਰਵਾਇਆ ਜਾਂਦਾ ਹੈ। ਇਸ ਦੌਰਾਨ ਉਹਨਾਂ ਨੂੰ ਆਪਣੀ ਸਫਾਈ ਆਪ ਕਰਨ ਦੀ ਜਾਂਚ ਹੁੰਦੀ ਹੈ। ਕਈ ਸਕੂਲਾਂ ਵਿੱਚ ਵੱਖ ਵੱਖ ਸ਼੍ਰੇਣੀ ਦੇ ਸਫਾਈ ਮੁਕਾਬਲੇ ਹੁੰਦੇ ਹਨ, ਇਸ ਲਈ ਹਰ ਸ਼੍ਰੇਣੀ ਦੇ ਵਿਦਿਆਰਥੀ ਆਪਣੇ ਆਲੇ ਦੁਆਲੇ ਨੂੰ ਇੱਕ ਪਾਸੇ ਘੱਟ ਬੰਦ ਕਰਨ ਅਤੇ ਦੂਜੇ ਪਾਸੇ ਸਾਫ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜਾਂ ਫਿਰ ਦੋਸਤੋ ਤੁਸੀਂ ਕਰ ਸਕਦੇ ਹੋ ਬੱਸ ਅੱਡੇ ਦਾ ਦ੍ਰਿਸ਼, ਇਹ ਵਾਲਾ ਦੋਸਤੋ ਤੁਸੀਂ ਵੀਡੀਓ ਪੋਸਟ ਕਰਕੇ ਪੜ੍ਹ ਸਕਦੇ ਹੋ, ਠੀਕ ਹੈ ਦੋਸਤੋ, ਜੇਕਰ ਤੁਸੀਂ ਆਹ ਕਰਨਾ ਚਾਹੋ। ਅਤੇ ਦੋਸਤੋ ਅੱਗੇ ਆ ਜਾਓ ਪ੍ਰਸ਼ਨ ਅਗਲਾ, ਕਿਸੇ 5 ਮੁਹਾਵਰੇ ਨੂੰ ਵਾਕਾਂ ਵਿੱਚ ਵਰਤੋ। ਉਂਗਲਾਂ 'ਤੇ ਨਚਾਉਣਾ ਵੱਸ ਵਿੱਚ ਕਰਨਾ, ਅੱਖਾਂ ਚਰਾਉਣਾ ਸ਼ਰਮਿੰਦੀ ਮਹਿਸੂਸ ਕਰਨੀ, ਸਿਰੋਂ ਪਾਣੀ ਲੰਘਣਾ ਹੱਦ ਹੋ ਜਾਣੀ, ਗਲਾ ਪੈਣਾ ਢੋਲ ਵਜਾਉਣਾ, ਠੀਕ ਹੈ ਦੋਸਤੋ, ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ ਜੋ ਬੇਸੁਮਾਦਾ ਹੋਵੇ, ਚਾਦਰ ਦੇਖ ਕੇ ਪੈਰ ਪਸਾਰਨੇ, ਆਮਦਨ ਅਨੁਸਾਰ ਖਰਚ ਕਰਨਾ, ਟਸ ਤੋਂ ਮਸ ਨਾ ਹੋਣਾ, ਰਤਾ ਪ੍ਰਵਾਹ ਨਾ ਕਰਨੀ, ਤੀਰ ਹੋ ਜਾਣਾ ਦੌੜ ਜਾਣਾ, ਪਾਪੜ ਵੇਲਣਾ ਵਾਹ ਲਾਉਣੀ। ਇਹਨਾਂ ਦੇ ਆਂਸਰ ਦੋਸਤੋ ਤੁਸੀਂ ਆਪਣੀ ਵੀਡੀਓ ਨੂੰ ਪੋਸਟ ਕਰਕੇ ਪੜ੍ਹ ਸਕਦੇ ਹੋ, ਜਾਂ ਫਿਰ ਵੀਡੀਓ ਨੂੰ ਸਲੋਅ ਕਰਕੇ ਤੁਸੀਂ ਇਹਨਾਂ ਕੁਐਸਚਨਾਂ ਦੇ ਆਂਸਰ ਨੂੰ, ਮੁਹਾਵਰਿਆਂ ਦੇ ਵਾਕਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਅਤੇ ਦੋਸਤੋ ਅੱਗੇ ਆ ਜਾਓ, ਵਿਆਕਰਨ ਕਿਸ ਨੂੰ ਆਖਦੇ ਹਨ ਜਾਂ ਸ਼ਬਦ ਬੋਧ ਤੋਂ ਕੀ ਭਾਵ ਹੈ? ਵਿਆਕਰਨ ਕਿਸ ਨੂੰ ਆਖਦੇ ਹਨ, ਪਹਿਲਾ ਕੁਐਸਚਨ ਹੈ ਦੋਸਤੋ ਤੁਹਾਡਾ, ਉੱਤੇ ਤੁਹਾਡਾ ਆਜੂਗਾ, ਵਿਆਕਰਨ ਅਜਿਹੀ ਵਿੱਦਿਆ ਹੈ ਜਿਸ ਵਿੱਚ ਭਾਸ਼ਾ ਦੇ ਧੁਨੀ ਉਚਾਰਨ, ਸ਼ਬਦ ਰਚਨਾ, ਸ਼ਬਦ ਜੋੜਾਂ, ਸ਼ਬਦਾਰਥ ਅਤੇ ਵਾਕ ਰਚਨਾ ਦੇ ਨਿਯਮਾਂ ਦਾ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨ ਨਿਯਮਾਂ ਵਿੱਚ ਵਜੀ ਹੋਈ ਭਾਸ਼ਾ ਸਾਹਿਤਕ ਜਾਂ ਟਕਸਾਲੀ ਰੂਪ ਧਾਰਨ ਕਰਦੀ ਹੈ। ਵਿਆਕਰਨ ਦੇ ਨਿਯਮਾਂ ਨਾਲ ਭਾਸ਼ਾ ਮਾਂਝੀ ਸਵਾਰੀ ਜਾਂਦੀ ਹੈ। ਜਾਂ ਫਿਰ ਦੋਸਤੋ ਤੁਸੀਂ ਕਰ ਸਕਦੇ ਹੋ, ਸ਼ਬਦ ਬੋਧ ਤੋਂ ਕੀ ਭਾਵ ਹੈ? ਉੱਤੇ ਦੋਸਤੋ ਤੁਹਾਡਾ ਜੋ ਵਿਆਕਰਨ ਦੇ ਜਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਅਤੇ ਦੋਸਤੋ ਪ੍ਰਸ਼ਨ ਨੰਬਰ 8 ਆ ਜਾਓ, ਤੁਹਾਡਾ ਮੂਲ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ? ਜਾਂ ਫਿਰ ਉਤਪੰਨ ਸ਼ਬਦ ਤੋਂ ਕੀ ਭਾਵ ਹੈ? ਇਸਦੇ ਕਿਸ ਤਰ੍ਹਾਂ ਬਣਦੇ ਨੇ? ਮੂਲ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ? ਮੂਲ ਸ਼ਬਦ ਉਹ ਹੈ ਜੋ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦਾ ਹੈ। ਇਹ ਸ਼ਬਦ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਮਿਲਦਾ ਹੈ। ਉਦਾਹਰਨ ਵਜੋਂ ਕਰ ਪੜ ਰੇਤ ਤੂੰ, ਅਤੇ ਉਤਪੰਨ ਸ਼ਬਦ ਤੋਂ ਕੀ ਭਾਵ ਹੈ? ਕਿਸ ਤਰ੍ਹਾਂ ਬਣਦੇ ਹਨ?
ਉੱਤੇ ਦੋਸਤੋ ਤੁਹਾਡਾ ਜੋ ਜਿਹੜੇ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿੱਛੇ ਪਛੇਤਰ ਲਗਾ ਕੇ ਆਪਣੇ ਬਣਾਇਆ ਜਾਵੇ ਉਸ ਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਹੈ। ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿਛੇਤਰ ਵਾਲੇ ਪਿਛੇਤਰ ਹੁੰਦੇ ਹਨ। ਉਦਾਹਰਣ ਲਈ ਦੁਰਘਟਨਾ ਸ਼ਬਦ ਵਿੱਚ ਘਟਨਾ ਸ਼ਬਦ ਪਹਿਲਾਂ ਦੂਰ ਅਗੇਤਰ ਲੱਗਦਾ ਹੈ ਅਤੇ ਅਣਖੀਲਾ ਸ਼ਬਦ ਵਿੱਚ ਅਣਖ ਸ਼ਬਦ ਦੇ ਪਿੱਛੇ ਇਲਾ ਪਿਛੇਤਰ ਲੱਗਦਾ ਹੈ। ਠੀਕ ਹੈ ਦੋਸਤੋ, ਇਹ ਸਮਝ ਗਏ ਹੋਵੋਗੇ ਤੁਸੀਂ ਕੀ ਹੁੰਦਾ ਹੈ। ਅਤੇ ਪ੍ਰਸ਼ਨ ਨੰਬਰ 9 ਅੱਜ ਦੋਸਤੋ, ਸ਼ਬਦ ਜੋੜ ਤੋਂ ਸ਼ੁੱਧ ਕਰਕੇ ਲਿਖੋ। ਅਸੀਂ ਜਲੰਧਰ ਸ਼ਹਿਰ ਵਿੱਚ ਰਹਿੰਦੇ ਹਾਂ। ਉੱਤਰ ਦੋਸਤੋ ਇਸ ਤਰ੍ਹਾਂ ਹੋਜੂਗਾ, ਅਸੀਂ ਜਲੰਧਰ ਸ਼ਹਿਰ ਵਿੱਚ ਰਹਿੰਦੇ ਹਾਂ। ਮੈਂ ਕੱਲ੍ਹ ਜਲੰਧਰ ਸ਼ਹਿਰ ਜਾਵਾਂਗਾ। ਮੈਂ ਕੱਲ੍ਹ ਜਲੰਧਰ ਸ਼ਹਿਰ ਜਾਵਾਂਗਾ। ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ। ਸ਼ੁੱਧ ਕਰਕੇ ਲਿਖਣਾ ਹੈ ਦੇਲਾ ਪੋਚੰਗ ਅਤੇ ਗਿਣਨਾ ਵਾਰਿਸ। ਠੀਕ ਹੈ ਦੋਸਤੋ, ਇਹ ਹੋ ਜੂ ਤੁਹਾਡਾ ਦੇਲਾ ਪਹੁੰਚ ਗਿਣਨਾ ਵਾਰਿਸ। ਇਸ ਤਰ੍ਹਾਂ ਤੁਸੀਂ ਸ਼ੁੱਧ ਕਰਕੇ ਲਿਖ ਸਕਦੇ ਹੋ। ਗੁਰ ਅਗੇਤਰ ਲਗਾ ਕੇ ਤਿੰਨ ਸ਼ਬਦ ਬਣਾਓ, ਗੁਰਮੁਖ ਗੁਰਦਾਸ ਗੁਰਸਿੱਖ। ਠੀਕ ਹੈ ਦੋਸਤੋ, ਅਤੇ ਸੀ ਪਿਛੇਤਰ ਲਾ ਕੇ ਤਿੰਨ ਸ਼ਬਦ ਬਣਾਓ, ਉਦਾਸੀ ਪਿਆਸੀ ਅਤੇ ਸਮਾਸੀ। ਠੀਕ ਹੈ ਦੋਸਤੋ, ਇਹੋ ਜੋ ਤੁਹਾਡਾ ਪੂਰਾ ਪੇਪਰ ਸੋਲਵ। ਇਸ ਤਰ੍ਹਾਂ ਦੋਸਤੋ ਤੁਸੀਂ ਪੇਪਰ ਜਿਹੜਾ ਸੋਲਵ ਕਰ ਦਿੱਤਾ ਤੁਹਾਡਾ। ਅਤੇ ਦੋਸਤੋ ਜਦ 10ਵੀਂ ਜਮਾਤ ਦੇ ਵੀ ਪੇਪਰ ਇਸੇ ਚੈਨਲ 'ਤੇ ਅਪਲੋਡ ਕਰਾਂਗੇ ਆਪਾਂ, ਤਾਂ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਅਗਲੀ ਜਮਾਤ ਤੁਹਾਡੀ ਬੋਰਡ ਦੀ ਕਲਾਸ ਹੈ 10ਵੀਂ, ਉਹਨਾਂ ਦੇ ਪੇਪਰ ਆਪਾਂ ਇਸੇ ਚੈਨਲ 'ਤੇ ਅਪਲੋਡ ਕਰਾਂਗੇ, ਤਾਂ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਘੰਟੀ 'ਤੇ ਕਲਿੱਕ ਕਰਕੇ ਔਲ 'ਤੇ ਸੈੱਟ ਜ਼ਰੂਰ ਕਰ ਦੇਣਾ, ਜਿਸਦੇ ਰਾਹੀਂ ਦੋਸਤੋ ਹਰ ਇੱਕ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅਤੇ ਦੋਸਤੋ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।